ਹੌਲੇ ਹੋਰ ਸੁਣਾ ਫਿਰ ਲਾਲਾ ਕਰਮ ਬਾਈ ਜਾਨ ਤੁਸੀਂ ਸੁਣੋ ਯਾਰ ਬੜੇ ਮੁਲਕ ਦੇ ਹਾਲਾਤ ਲਾਕਡਾਊਨ ਹੋਇਆ ਪਿਆ ਬੜੇ ਮੁਲਕ ਦੇ ਹਾਲਾਤ ਬੜੇ ਪਰੇਸ਼ਾਨ ਹੈ ਦੇ ਕੋਈ ਕਾਰੋਬਾਰ ਵੀ ਨਹੀਂ ਬਸ ਕੀ ਕਰੀਏ ਯਾਰ ਬਾਈ ਸ਼ਾਨਵਾਜ਼ ਇਹ ਨਾ ਕਿ ਤੂੰ ਆਪਣੇ ਇਕੱਲੇ ਮੁਲਕ ਤੋਂ ਪਰੇਸ਼ਾਨ ਹੈ ਅੱਲਾ ਪਾਕ ਦਾ ਜਿਹੜਾ ਕਹਿ ਰਹੇ ਪੂਰੀ ਦੁਨੀਆ 'ਤੇ ਆਇਆ ਖੜਾ ਹੈ ਅਤੇ ਇਹ ਕਰੋ ਕਿ ਅੱਲਾ ਪਾਕ ਨੂੰ ਮਾਫ਼ੀ ਮੰਗੋ ਮੁਸਲਮਾਨ ਮਸਜਿਦ ਜਾ ਕੇ ਨਮਾਜ਼ ਪੜ੍ਹਨ ਔਰ ਅੱਲਾ ਪਾਕ ਨੇ ਨਾ ਇਹ ਐਸੀ ਆਪਾਂ ਨੂੰ ਪਰੇਸ਼ਾਨੀ ਕੋਈ ਨਹੀਂ ਆਪਾਂ ਮੁਸਲਮਾਨ ਹੈ ਇਹ ਤਾਂ ਕਾਫਰਾਂ ਦਾ ਅਕੀਦਾ ਹੈ ਇਹ ਅੱਲਾ ਪਾਕ ਆਪਾਂ ਨੂੰ ਮਾਫ਼ੀ ਦੇਗਾ ਲੇਕਿਨ ਅੱਲਾ ਪਾਕ ਇੱਕ ਤੋਬਾ ਦਾ ਦਰਵਾਜ਼ਾ ਖੋਲ੍ਹੇ ਮੇਰਾ ਵੀਰ ਆਪਾਂ ਤੋਬਾ ਕਰੀਏ ਅੱਲਾ ਪਾਕ ਇਨਸ਼ਾਅੱਲਾ ਆਪਣੀ ਤੋਬਾ ਕਬੂਲ ਕਰੇ ਯਾਰ ਤੇਰੀ ਗੱਲ ਠੀਕ ਹੈ ਲੇਕਿਨ ਆਪਣੇ ਬੱਚਿਆਂ ਨੂੰ ਹਿਫਾਜ਼ਤ ਕਰ ਉਹਨਾਂ ਨੂੰ ਵੀ ਆਪਣਾ ਕਿਤੇ ਬਾਹਰ ਨਾ ਨਿਕਲਣ ਦਿੱਤਾ ਕਰ ਆਪਣੀ ਵੀ ਹਿਫਾਜ਼ਤ ਕਰੋ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰੋ ਉਹ ਪੈਸਾ ਨਵਾਜ਼ ਇਹ ਗੱਲ ਤੇਰੀ ਬਿਹਤਰ ਹੈ ਔਰ ਮੈਂ ਤਾਂ ਜਦੋਂ ਦਾ ਮਸਲਾ ਬਣਿਆ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਬਾਈ ਨਿਕਲਣ ਨਹੀਂ ਦਿੰਦਾ ਲੇਕਿਨ ਫਿਰ ਵੀ ਅੱਲਾ ਦੀ ਸਪੁਰਦ ਦੇ ਯਾਰ ਕੁਛ ਨਹੀਂ ਹੁੰਦਾ ਚੱਲ ਪਤਾ ਕਰੀਏ ਹੁੰਦਾ ਤਾਂ ਪਰੇਸ਼ਾਨ ਨਾ ਹੋ ਮੈਂ ਡਾਕਟਰ ਨੂੰ ਫੋਨ ਕਰਨਾ ਹੁਣੇ ਆ ਜਾਂਦਾ ਤੁਸੀਂ ਅੰਦਰ ਬੱਚੇ ਨੂੰ ਲਟਾਵੋ ਤਾਂ ਆਪਾਂ ਲੈ ਕੇ ਦਵਾਈ ਉਹਨੇ ਕਰ ਲੈਣੇ ਜਲਦੀ ਕਰ ਬਹੁਤ ਪਰੇਸ਼ਾਨ ਨਾ ਪਰੇਸ਼ਾਨ ਅੰਦਰ 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 ਸਲਾਮ ਅਲੈਕਮ ਸਰ ਬੱਚਾ ਹੈ ਸੀਰੀਅਸ ਹੈ ਅਤੇ ਬਹੁਤ ਜ਼ਖਮੀ ਹੈ ਮਿਹਰਬਾਨੀ ਜਲਦੀ ਪਹੁੰਚੋ ਯਾਰ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਯਾਰ ਡਾਕਟਰ ਸਾਹਿਬ ਆ ਜਾਂਦੇ ਨੇ ਕਿਸੇ ਬਾਈ ਜਾਨ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਫੋਨ ਕੀਤਾ 2 ਮਿੰਟ ਦਾ ਡਾਕਟਰ ਸਾਹਿਬ ਆ ਰਹੇ ਨੇ ਤੇ ਕੋਈ ਨਹੀਂ ਉਹ ਸਾਡਾ ਵੀ ਪੁੱਤਰ ਯਾਰ ਪਰੇਸ਼ਾਨ ਨਾ ਹੋ ਯਾਰ ਕੁਛ ਨਹੀਂ ਹੁੰਦਾ ਹੌਸਲਾ ਰੱਖ ਯਾਰ ਅੱਲਾ ਕਰਮ ਕਰੇਗਾ ਹੌਸਲਾ ਰੱਖ ਲਾ ਬਾਈ ਡਾਕਟਰ ਸਾਹਿਬ ਕਿਸ ਟਾਈਮ ਆਉਣਾ ਯਾਰ 1 ਮਿੰਟ ਇੰਤਜ਼ਾਰ ਕਰੋ ਯਾਰ ਕੁਝ ਖੁਦਾ ਦਾ ਕੌਮ ਕੌਮ ਮਰੀਜ਼ ਅੰਦਰ ਸੀਰੀਅਸ ਪਿਆ ਤੇ ਬੱਚਾ ਜਿਹੜਾ ਤੜਪ ਰਿਹਾ ਯਾਰ ਤੁਸੀਂ ਆਪਣੇ ਨਖਰੇ ਕਰਨ ਡਿਆ ਜੇ ਯਾਰ ਡਾਕਟਰ ਬਸ ਪਹੁੰਚਣ ਵਾਲਾ ਹੈ ਬਾਈ ਯਾਰ ਡਾਕਟਰ ਨੂੰ ਫੋਨ ਕਰ ਯਾਰ ਜਲਦੀ ਤੇਰੀ ਮਿਹਰਬਾਨੀ ਯਾਰ ਡਾਕਟਰ ਤਾਂ ਫੋਨ ਨਹੀਂ ਉਠਾ ਰਹੇ ਪਹੁੰਚਣਾ ਹੈ ਨਾ ਪਰੇਸ਼ਾਨ ਹੋ 1 ਮਿੰਟ ਡਾਕਟਰ ਸਾਹਿਬ ਇਨਸਾਨੀਅਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਇਹ ਕਹਿ ਰਹੇ ਤੂੰ ਮੇਰਾ ਬੱਚਾ ਅੰਦਰ ਤੜਫ ਰਿਹਾ ਤੁਹਾਨੂੰ ਜ਼ਰਾ ਅਹਿਸਾਸ ਨਹੀਂ ਜੇ ਮੇਰੇ ਬੱਚੇ ਦੀ ਜਗ੍ਹਾ 'ਤੇ ਤੁਹਾਡਾ ਆਪਣਾ ਬੱਚਾ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਹੀ ਕਰੋ ਆ ਅੱਲਾ ਪਾਕ ਮਿਹਰਬਾਨੀ ਕਰੇਗਾ ਅੱਲਾ ਪਾਕ ਗੱਲ ਠੀਕ ਹੈ ਕੱਲਾ ਪਾਕ ਮੇਰੇ ਬੱਚੇ ਨੂੰ ਸੇਧ ਦਿੱਤੀ ਹੈ ਇਸ ਡਾਕਟਰ ਦੀ ਵਜ੍ਹਾ ਤੋਂ ਲੇਕਿਨ ਇੰਨਾ ਡਾਕਟਰ ਇਸ ਨਖਰਾ ਨਹੀਂ ਹੋਣਾ ਚਾਹੀਦਾ ਇੰਨਾ ਗਮੰਡੀ ਇੰਨਾ ਗਰੂਰੀ ਯਾਰ ਅਸੀਂ ਉਹਨੂੰ ਬੁਲਾ ਰਹੇ ਹਾਂ ਤੇ ਸਾਡੀ ਗੱਲ ਵੀ ਨਹੀਂ ਉਹ ਸੁਣੀ ਚੁੱਪ ਕਰਕੇ ਚਲਾ ਗਿਆ ਯਾਰ ਵੇਖੇ ਨਾ ਇੰਨਾ ਡਾਕਟਰ ਬਿਲਕੁਲ ਉਹ ਪੱਲਾ ਪਾ ਕੇ ਦਿੱਤੀ ਲੇਕਿਨ ਇੰਨਾ ਡਾਕਟਰ ਨਖਰਾ ਨਹੀਂ ਹੋਣਾ ਚਾਹੀਦਾ ਯਾਰ ਉਹ ਜੋ ਤੁਹਾਨੂੰ ਦੱਸ ਗਿਆ ਵੀ ਇਹਨਾਂ ਦਾ ਬੱਚਾ ਖਤਰੇ ਤੋਂ ਬਾਹਰ ਹੈ ਉਹ ਕੁਛ ਸਾਨੂੰ ਨਹੀਂ ਸੀ ਦੱਸ ਸਕਦਾ ਮੈਂ ਸੁਣਿਆ ਸੀ ਵੀ ਡਾਕਟਰ ਫਰਿਸ਼ਤੇ ਹੁੰਦੇ ਨੇ ਤੇ ਕਿਹੋ ਜਿਹਾ ਫਰਿਸ਼ਤਾ ਯਾਰ ਜਿਹਨੇ ਸਾਡੇ ਨਾਲ ਗੱਲ ਕਰਨੀ ਨਹੀਂ ਪਸੰਦ ਕੀਤੀ ਇੰਨਾ ਗਰੂਰ ਵਾਲਾ ਡਾਕਟਰ ਨਾ ਅੱਲਾ ਤਾਲਾ ਨੂੰ ਪਸੰਦ ਹੈ ਤੇ ਨਾ ਮਖਲੂਕ ਨੂੰ ਪਸੰਦ ਹੈ ਤੇ ਮੈਂ ਐਡੇ ਮਗਰੂਰ ਵਾਲੇ ਡਾਕਟਰ ਨੂੰ ਪਸੰਦ ਹੀ ਨਹੀਂ ਕਰਦਾ ਡਾਕਟਰ ਬਹੁਤ ਘਟੀਆ ਡਾਕਟਰ ਜ਼ਿਆਦਾ ਨਹੀਂ ਬਕ ਬਕ ਨਾ ਕਰ ਤੈਨੂੰ ਦੀ ਸਲੀ ਦਾ ਪਤਾ ਨਹੀਂ ਦਾ ਜੇ ਤੈਨੂੰ ਪਤਾ ਲੱਗ ਜਾਵੇ ਨਾ ਤਾਂ ਤੂੰ ਡਾਕਟਰ ਦਾ ਪੈਰ ਚੁੰਮ ਕੇ ਪੀਵੇ ਬਾਤ ਸੁਣੋ ਮੇਰੀ ਕਿਸ ਤਰ੍ਹਾਂ ਤੁਮ ਕਹਿ ਸਕਤੇ ਹੋ ਕਿ ਹਮ ਡਾਕਟਰ ਜੋ ਹੈ ਜਾਹਲ ਹੈ ਹਮ ਡਾਕਟਰ ਤਕਬਰ ਮੈਂ ਤੁਮੇ ਕੁਛ ਪਤਾ ਹੈ ਕਿ ਮੈਂ ਆਪਣੇ ਘਰ ਆਪਣੇ ਬੇਟੇ ਕਾ ਜਨਾਜ਼ਾ ਛੋੜ ਕੇ ਆਇਆ ਹੂੰ ਕਿਉਂ ਸਿਰਫ ਤੇਰੇ ਬੇਟੇ ਕੇ ਲੀਏ ਕਿ ਅਗਰ ਮੇਰਾ ਬੇਟਾ ਇਸ ਦੁਨੀਆ ਸੇ ਚਲਾ ਗਿਆ ਤਾਂ ਤੇਰਾ ਬੇਟਾ ਜੋ ਹੈ ਉਸਕੋ ਮੈਂ ਇਸ ਦੁਨੀਆ ਮੈਂ ਰੱਖੂੰ ਉਸਕੀ ਉਸਕੋ ਬਚਾਨੇ ਕੇ ਲੀਏ ਨਾ ਮੈਂ ਆਪਣੇ ਬੇਟੇ ਕਾ ਜਨਾਜ਼ਾ ਛੋੜ ਕੇ ਆਇਆ ਹੂੰ ਔਰ ਸੁਣੋ ਤੁਮ ਕਿਸ ਤਰ੍ਹਾਂ ਕਹਿ ਸਕਤੇ ਹੋ ਕਿ ਮੇਰੇ ਅੰਦਰ ਤਕੱਬਰ ਹੈ ਅਗਰ ਮੇਰੇ ਅੰਦਰ ਤਕੱਬਰ ਹੋਤਾ ਤਾਂ ਮੈਂ ਅੱਜ ਕਭੀ ਵੀ ਯਹਾਂ ਨਾ ਹੋਤਾ
डॉक्टर के अंदर तकबर नहीं होता। और तुम्हें क्या पता कि बेटे की मौत क्या होती है? तुम्हें भी क्या पता? आपका तो बेटा बच गया है ना, आपका तो बेटा बच गया है। और मैं अपने उस बेटे को घर छोड़ के आया हूँ जिसने मेरी उंगली पकड़ के चलना सीखा, जो मुझे मेरी जान से ज्यादा प्यारा था। आज मैं अपने उस बेटे को घर छोड़ के आया हूँ। कोरोना की वजह से आज तुम लोग अपने अपने घरों के अंदर बिल्लों की तरह छुप के बैठे हुए हो, और हम डॉक्टर, हमारा पैरामेडिकल का स्टाफ, हमारी नर्सें हॉस्पिटलों में अपनी जान को हथेली पे रख के उनको बचाने की कोशिश कर रहे हैं। और तुम कहते हो कि डॉक्टर खुद गर्द है, तुम कहते हो कि डॉक्टर जो है तकबर में है। अरे तकबर नहीं, हम अपने बेटे के लिए परेशान थे। डॉक्टर साहब हमें पता नहीं था। नहीं चाहिए माफी आपकी मुझे, नहीं चाहिए मुझे आपकी माफी। अब हम मुल्क का सरमाया हो डॉक्टर साहब, हमें हम जायल हैं, हम मान रहे हैं इस चीज को। माफ कर दो। नहीं नहीं, मुझे आपकी माफी नहीं चाहिए, मुझे आपकी माफी नहीं चाहिए। मैं पूरे पाकिस्तानी कौम को ये कहता हूँ कि खुदा के लिए फैसला करने से पहले ये सोच लो कि किसी की चुप तो उसकी मजबूरी हो सकती है, किसी की चुप उसकी मजबूरी हो सकती है। और खुदा के लिए कभी किसी डॉक्टर को ये मत कहना कि वो खुद गर्ज है, वो अपनी जान पे खेल के आज तुम्हारे कोरोना के मरीजों का इलाज कर रहा है।